The Wire Team. ਅੱਜ ਤਾਂ ਨਾਲ ਹੀ ਰਹਿੰਦੇ ਹਾਂ ਜੀ। ਸਾਨੂੰ ਵੀ ਡਰ ਖਤਰਾ ਰਹਿੰਦਾ ਵੀ ਕੈਦੀਆਂ ਦਾ ਵੀ ਭੱਜ ਭੁੱਜ ਜਾਣ। ਵੀ ਉਸ ਦਿਨ ਅਸੀਂ ਆਪ ਦੇਖਿਆ ਕੋਠੇ ਤੇ ਖੜ ਕੇ ਵੀ ਭੱਜਣ ਅੱਠ ਬਹੁਤ ਸੀਗੀ ਵੀ 500-400 ਕੈਦੀ ਸੀਗਾ। ਕਦ ਭੱਜਦਾ ਇੱਧਰ ਆਉਂਦਾ ਜੀ, ਕਦ ਭੱਜਦਾ ਉੱਧਰ ਜਾਂਦਾ ਸੀਗਾ। ਫਿਰ ਉਹਨਾਂ ਨੇ ਗਰਿੱਲਾਂ ਗੁਰਿੱਲਾਂ ਪੱਟੀਆਂ ਅਤੇ ਉੱਥੇ ਉਹ ਜੇਲ੍ਹ ਦੇ ਨਾਲ ਲੱਗੇ ਅਤੇ ਉਹ ਉਹਨਾਂ ਨੇ ਭੱਜਣ ਦੀ ਕੋਸ਼ਿਸ਼ ਕੀਤੀ ਵੀ ਮੁਹੱਲੇ ਵਾਸੀਆਂ ਨੇ ਇਹਨਾਂ ਨੇ ਰੋਕ ਟੋਕ ਕੀਤੀ ਅਤੇ ਉਹਨਾਂ ਨੂੰ ਰੋਕਿਆ ਅਤੇ ਬਚਾ ਕੀਤਾ, ਆਪਣਾ ਵੀ ਕੀਤਾ ਅਤੇ ਉਹਨਾਂ ਦਾ ਵੀ ਕੀਤਾ। ਇੰਨੀ ਹੁੱਲਰਬਾਜ਼ੀ ਸੀ, ਘੰਟਾ ਪੂਰਾ ਅੰਦਰ ਕਦ ਬੰਬ ਬਲਾਸਟ ਹੁੰਦੇ ਰਹੇ, ਕਦ ਗੋਲੀਆਂ ਚੱਲਦੀਆਂ ਰਹੀਆਂ, ਘੰਟਾ ਪੂਰੀ ਐਨ ਸੁਰੱਖਿਆ ਕੋਈ ਨਹੀਂ ਹੈ ਜੀ। ਤੁਹਾਡੇ ਸਾਹਮਣੇ ਹੀ ਆ, ਦੇਖ ਲਓ ਜੀ। ਨਾਲ ਕਲੋਨੀ ਵਾਲਿਆਂ ਨੂੰ ਖਤਰਾ ਬਹੁਤ ਆ, ਇੱਥੇ ਬੰਦੇ ਨਸ਼ੇ ਨੁਸ਼ੇ ਸੁੱਟਣ ਵਾਲੇ ਵੀ ਬਹੁਤ ਆਉਂਦੇ ਆ। ਕਲੋਨੀਆਂ ਵਾਲੇ ਹੀ ਜਿਹੜੇ ਹੈਗੇ ਆ ਵੀ ਉਹਨਾਂ ਨੂੰ ਭਜਾਉਂਦੇ ਨੇ ਕਲੋਨੀ ਕਰਕੇ ਵੀ ਇਹ ਜੇਲ੍ਹ। ਬਹੁਤ ਕੁਛ ਹੋਣਾ ਜੀ, ਕੀ ਪਤਾ ਕੰਮਾਂ ਕਾਰਾਂ 'ਤੇ ਚੱਲ ਜਾਂਦੇ ਆ ਗਰੀਬ ਬੰਦੇ ਨੇ ਇੱਧਰਲੇ। ਇੱਥੇ ਮੋਟਰਸਾਈਕਲ ਸਕੂਟਰਾਂ 'ਤੇ ਆਉਂਦੇ ਜਿਹੜੇ ਨਗਰ ਵਾਸੀ ਆ, ਮਹੱਲੇਦਾਰੀ ਦੇ ਬੰਦੇ ਨੇ, ਉਹ ਹੀ ਉਹਨਾਂ ਨੂੰ ਰੋਕਦੇ ਨੇ ਬਸ। ਹੋਰ ਕੋਈ ਨਹੀਂ, ਪੁਲਿਸ ਕੀ ਹੈ, ਪੁਲਿਸ ਆਪਣੇ ਆਪਣੇ ਟਿਕਾਣਿਆਂ 'ਤੇ ਮੋਰਚੇ। ਰਾਜ ਕਿਹੜੀ ਜਗ੍ਹਾ 'ਤੇ ਖੜੇ ਹੋ? ਜੇਲ੍ਹ 'ਚ। ਕੀ ਕਰਨਾ? ਮੁਲਾਕਾਤ ਕਰਨੀ ਹੈ। ਕੀ ਤੁਹਾਨੂੰ ਮਿਲਣ ਨਹੀਂ ਦਿੱਤਾ ਜਾ ਰਿਹਾ? ਸਵੇਰ ਦੇ ਬੜੇ ਪਰੇਸ਼ਾਨ ਆ, ਅਸੀਂ ਇੱਥੇ 10 ਵਜੇ ਦੇ ਖੜੇ ਆ, ਕਈ 8 ਵਜੇ ਦੇ ਖੜੇ ਆ, ਕੋਈ 9 ਵਜੇ ਦਾ ਖੜੇ ਆ, ਧੁੱਪੇ ਖੜੇ ਆ। ਮਸੀ ਸਾਡੀ ਮੁਲਾਕਾਤ ਕਰਾਉਣ ਲੱਗੇ ਆ, ਸੜਕ ਦੇ ਉੱਤੇ ਨਾਕਾ ਲਾਇਆ ਇਹ, ਤਾਂ ਕਰਕੇ ਸਾਡੀ ਮੁਲਾਕਾਤ ਕਰਨ ਆਇਆ। ਬਥੇਰੀ ਵਾਰੀ ਪਹਿਲਾਂ ਕਿਵੇਂ ਇੱਦਾਂ ਹੀ ਜਾਣਾ ਪੈਂਦਾ ਸੀ ਜਾਂ ਅੰਦਰ ਬਿਠਾਉਂਦੇ ਸੀ? ਅੰਦਰ ਬਿਠਾਉਂਦੇ ਸੀ, ਦਫ਼ਤਰ 'ਚ ਬਿਠਾਉਂਦੇ ਸੀ। ਅਤੇ ਹੁਣ ਆ ਜਿਹੜਾ ਹੰਗਾਮਾ ਹੋਇਆ, ਇਸ ਤੋਂ ਬਾਅਦ ਸਖਤੀ ਕੀਤੀ ਗਈ ਆ? ਹਾਂਜੀ ਹਾਂਜੀ, ਉਦੋਂ ਹੀ ਸਖਤੀ ਕੀਤੀ ਗਈ ਆ, ਉਦੋਂ ਹੀ ਸਖਤੀ ਹੋਈ ਆ। ਕੀ ਲੱਗਦਾ ਤੁਹਾਨੂੰ ਕਿ ਹੁਣ ਪਰੇਸ਼ਾਨੀਆਂ ਸਾਹਮਣਾ ਕਰਨਾ ਪੈ ਰਿਹਾ, ਕੀ ਕਹਿਣਾ ਚਾਹੋਗੇ? ਹੁਣ ਤਾਂ ਪਰੇਸ਼ਾਨੀ ਤਾਂ ਨਿਕਲ ਗਈ ਆ, ਮਾੜਾ ਅੰਦਰ ਜਾਣ ਦੀ ਪ੍ਰੋਬਲਮ ਆ ਬਸ, ਇਹੀ ਪ੍ਰੋਬਲਮ ਆ, ਹੋਰ ਤਾਂ ਕੋਈ ਪ੍ਰੋਬਲਮ ਨਹੀਂ ਆ।